ਜੀ ਸਾਰਿਆਂ ਨੂੰ ਗੌਰਵ ਅਨਮੋਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਔਰ ਸਾਡੇ ਚੈਨਲ ਗੌਰਵ ਅਨਮੋਲ ਮਿਊਜ਼ਿਕ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਆਈ ਹੋਪ ਤੁਸੀਂ ਬਹੁਤ ਵਧੀਆ ਹੋਵੋਗੇ। ਸੋ ਅੱਜ ਦਾ ਜਿਹੜਾ ਟਿਊਟੋਰੀਅਲ ਹੈ ਉਹ ਹੈ ਜੀ ਕਮਲ ਖਾਨ ਜੀ ਦਾ ਬਹੁਤ ਹੀ ਪਿਆਰਾ ਸੂਫੀ ਕਲਾਮ ਹੈ, ਤੇਰੀ ਐਸੀ ਸਾਈਆਂ ਨਜ਼ਰ ਪਈ ਸਾਡੀ ਹਰ ਥਾਂ 'ਤੇ ਫਿਰ ਕਦਰ ਪਈ। ਸੋ ਬਹੁਤ ਹੀ ਪਿਆਰਾ ਜਿਹੜਾ ਕਲਾਮ ਜਿਹੜਾ ਕਮਲ ਖਾਨ ਜੀ ਨੇ ਗਾਇਆ ਉਹਦਾ ਟਿਊਟੋਰੀਅਲ ਪਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਇਹਦਾ ਸਥਾਈ ਕਰਾਂਗੇ ਔਰ ਉਸ ਤੋਂ ਬਾਅਦ ਅੰਤਰਾ। ਸੋ ਆਪਾਂ ਸਟਾਰਟ ਕਰੀਏ, ਸਭ ਤੋਂ ਪਹਿਲਾਂ ਇਹਦਾ ਰਾਗ ਸਕੇਲ ਔਰ ਇਹਦੀ ਜਿਹੜੀ ਤਾਲ ਹੈ ਮੈਂ ਉਹ ਦੱਸ ਦਿਆਂ, ਫਿਰ ਆਪਾਂ ਸਟਾਰਟ ਕਰਦੇ ਹਾਂ। ਰਾਗ ਹੈ ਜੀ ਇਹਦਾ ਪਹਾੜੀ ਔਰ ਜਿਹੜਾ ਸਕੇਲ ਆਪਾਂ ਫੋਰਥ ਬਲੈਕ ਰੱਖਾਂਗੇ ਤਾਂ ਕਿ ਜਿਹੜੇ ਬਿਗਨਰਸ ਔਰ ਪ੍ਰੋਫੈਸ਼ਨਲਸ ਦੋਵੇਂ ਇਸ ਚੀਜ਼ ਨੂੰ ਫੋਲੋ ਕਰ ਸਕਣ ਔਰ ਈਜ਼ੀਲੀ ਗਾ ਸਕਣ, ਕਿਉਂਕਿ ਕਾਫੀ ਹਾਈ ਪਿੱਚ 'ਤੇ ਜਾਂਦੀ ਹੈ ਜਿਹੜੀ ਕਵਾਲੀ ਹੈ ਸੂਫੀ ਕਲਾਮ। ਤਾਂ ਕਰਕੇ ਆਪਾਂ ਫੋਰਥ ਬਲੈਕ ਤੋਂ ਸਟਾਰਟ ਕਰਾਂਗੇ। ਰਾਗ ਪਹਾੜੀ, ਸਕੇਲ ਫੋਰਥ ਬਲੈਕ ਔਰ ਜਿਹੜੀ ਇਹਦੀ ਤਾਲ ਹੈ ਉਹ ਦੁਗਨ ਤਾਲ ਹੈ, ਦੁਗਨ ਤਾਲ 'ਤੇ ਇਹਨੂੰ ਗਾਇਆ ਉਹਨਾਂ ਨੇ ਕਮਲ ਖਾਨ ਜੀ ਨੇ। ਵੈਸੇ ਜਿਹੜਾ ਓਰਿਜਿਨਲ ਹੈ ਉਹ ਉਹਨਾਂ ਨੇ ਕੈਰਵੇ 'ਤੇ ਹੀ ਇਹਨੂੰ ਗਾਇਆ ਹੈ ਔਰ ਜਿਹੜੀ ਜਦੋਂ ਲਾਈਵ 'ਚ ਗਾਉਂਦੇ ਨੇ ਉਦੋਂ ਦੁਗਨ ਤਾਲ 'ਤੇ ਗਾਉਂਦੇ ਆ। ਸੋ ਅਗਰ ਲਾਈਵ 'ਚ ਆਪਾਂ ਲਾਈਵ 'ਚ ਹੀ ਗਾਣਾ ਸੋ ਦੁਗਨ ਤਾਲ 'ਤੇ ਹੀ ਬੈਸਟ ਰਹੇਗਾ। ਸੋ ਸਟਾਰਟ ਕਰਦੇ ਹਾਂ ਆਪਾਂ, ਸਭ ਤੋਂ ਪਹਿਲਾਂ ਇਹਦਾ ਸਾਈ ਔਰ ਉਸ ਤੋਂ ਬਾਅਦ ਅੰਤਰਾ। ਆਪਣੇ ਆਨੇ ਮੁੱਖ ਮੋੜ ਲੈ ਸੀ, ਇੱਕ ਲਾਈਨ ਮੈਂ ਗਾ ਕੇ ਦੱਸੂੰਗਾ, ਉਸ ਤੋਂ ਬਾਅਦ ਵਨ ਫਿੰਗਰ ਨਾਲ ਦੱਸਾਂਗਾ। ਸੋ ਧਿਆਨ ਨਾਲ ਦੇਖਣਾ ਔਰ ਅਗਰ ਤੁਹਾਨੂੰ ਲੱਗਦਾ ਵੀ ਸਮਝ ਨਹੀਂ ਆਈ ਤਾਂ ਤੁਸੀਂ ਬੈਕ ਕਰਕੇ ਦੇਖ ਸਕਦੇ ਹੋ, ਕਿਉਂਕਿ ਮੈਂ ਸਿੰਗਲ ਵਾਰੀ ਦੱਸੂੰਗਾ ਜਿਹਦੇ ਨਾਲ ਟਾਈਮ ਬਚ ਜਾਏ। ਆਪਣਿਆਂ ਨੇ ਮੁੱਖ ਮੋੜ ਲਏ ਸੀ, ਵਨ ਫਿੰਗਰ ਨਾਲ ਆਪਣਿਆਂ ਨੇ ਮੁੱਖ ਮੋੜ ਲਏ ਸੀ। ਨੈਕਸਟ ਟਾਈਮ ਰਿਸ਼ਤੇ ਨਾਤੇ ਤੋੜ ਲਏ ਸੀ, ਰਿਸ਼ਤੇ ਨਾਤੇ ਤੋੜ ਲਏ ਸੀ। ਔਰ ਉਸ ਤੋਂ ਬਾਅਦ ਦੁਬਾਰਾ ਇਹੀ ਰਿਪੀਟ, ਆਪਣਿਆਂ ਨੇ ਮੁੱਖ ਮੋੜ ਲਏ ਸੀ, ਰਿਸ਼ਤੇ ਨਾਤੇ ਤੋੜ ਲਏ ਸੀ। ਨੈਕਸਟ ਲਾਈਨ ਤੂੰ ਐਸਾ ਮੇਰਾ ਹੱਥ ਫੜਿਆ, ਵਨ ਫਿੰਗਰ ਨਾਲ ਤੂੰ ਐਸਾ ਮੇਰਾ ਹੱਥ ਫੜਿਆ। ਔਰ ਉਸ ਤੋਂ ਬਾਅਦ ਦੁਬਾਰਾ ਇਹ ਰਿਪੀਟ, ਤੂੰ ਐਸਾ ਮੇਰਾ ਹੱਥ ਫੜਿਆ, ਤੂੰ ਐਸਾ ਮੇਰਾ ਹੱਥ ਫੜਿਆ। ਨੈਕਸਟ ਲਾਈਨ ਫਿਰ ਥੋੜ ਕੋਈ ਨਾ ਰਹੀ, ਵਨ ਫਿੰਗਰ ਨਾਲ ਫਿਰ ਥੋੜ ਕੋਈ ਨਾ ਰਹੀ। ਨੈਕਸਟ ਲਾਈਨ ਤੇਰੀ ਐਸੀ ਸਾਈਆਂ ਨਜ਼ਰ ਪਈ, ਵਨ ਫਿੰਗਰ ਨਾਲ ਤੇਰੀ ਐਸੀ ਸਾਈਆਂ ਨਜ਼ਰ ਪਈ। ਨੈਕਸਟ ਟਾਈਮ ਸਾਡੀ ਹਰ ਥਾਂ ਤੇ ਫਿਰ ਕਦਰ ਪਈ, ਸਾਡੀ ਹਰ ਥਾਂ ਤੇ ਫਿਰ ਕਦਰ ਪਈ। ਪੂਰੀ ਲਾਈਨ ਤੇਰੀ ਐਸੀ ਸਾਈਆਂ ਨਜ਼ਰ ਪਈ, ਸਾਡੀ ਹਰ ਥਾਂ ਸਾਡੀ ਹਰ ਥਾਂ ਤੇ ਫਿਰ ਕਦਰ ਪਈ, ਸਾਡੀ ਹਰ ਥਾਂ ਤੇ ਫਿਰ ਕਦਰ ਪਈ। ਇਹ ਹੈ ਜੀ ਇਹਦਾ ਸਥਾਈ। ਨੈਕਸਟ ਆਪਾਂ ਆਉਂਦੇ ਹਾਂ ਅੰਤਰੇ 'ਤੇ, ਅੰਤਰਾ ਨੂੰ ਧਿਆਨ ਨਾਲ ਦੇਖਣਾ ਕਿਉਂਕਿ ਜਿਹੜੇ ਨੈਕਸਟ ਦੋ ਜਾਂ ਤਿੰਨ ਅੰਤਰੇ ਹੈ ਸਾਰਿਆਂ ਦੀ ਕੰਪੋਜੀਸ਼ਨ ਬਿਲਕੁਲ ਸੇਮ ਹੈ। ਸੋ ਫਸਟ ਅੰਤਰੇ ਨੂੰ ਫੋਲੋ ਕਰ ਜਾਓਗੇ ਅਤੇ ਨੈਕਸਟ ਜਿਹੜੇ ਅੰਤਰੇ ਈਜ਼ੀਲੀ ਤੁਸੀਂ ਪਲੇ ਕਰ ਲਓਗੇ। ਸੋ ਸਟਾਰਟ ਕਰਦੇ ਹਾਂ ਆਪਾਂ ਇਹਦਾ
फर्स्ट अंतरा देखो कि प्ले होना। तू वेख्या ते होना सजना कले रोंदे रे हाफ हाफ करके कर दे। तू वेख्या ते होना सजना इन्ना को कर दे। तू वेख्या ते हो ना सजना नेक्स्ट लाइन कले रोंदे फिंगर ना कले रोंदे रे आवे। कले रोंदे रे आवे। और उस तो बाद नेक्स्ट जड़ी है लाइन ओ भी सेम ही है। ओने अखियां दे विच हंजू नहीं जिन्ने असी वहोंदे रे आवे। वन फिंगर नाल ओने अखियां दे विच हंजू नहीं जिन्ने असी वहोंदे रे आवे। दोबारा देख लो। ओने अखियां दे विच हंजू नहीं जिन्ने असी वहोंदे रे आवे। नेक्स्ट लाइन तू पैसा मैनू तके आए तू पैसा मैनू तके आए। असी तेनू रब मन आए असी तेनू रब मन आए साडे लई रब ना होर कोई साडे लई रब ना होर कोई साडे लई रब रब ना होरी कोई। पूरी लाइन देख लो। असी तेनू रब मने आए साडे लई रब ना होरी कोई। वन फिंगर नाल असी तेनू रब मने आए साडे लई रब ना होरी कोई। नेक्स्ट लाइन सेम। तेरी ऐसी साया नजर पई साडी हर थाते फिर कदर तेरी ऐसी साया नजर पई साडी हर थाते फिर कदर। सो यह है जी स्थाई और अंतरा। नेक्स्ट अंतरे जड़े सेम कंपोजिशन ते चलनगे। यदि अच्छी तरह प्रैक्टिस करोगे नेक्स्ट अंतरे इजीली प्ले हो जाएंगे। अच्छी तरह इनू प्ले करो और अच्छी तरह गाओ। ऑल द बेस्ट। और इदा के होर ट्यूटोरियल्स देखते रहने लिए साडे चैनल गौरव अनमोल म्यूजिक नू सबसक्राइब करना ना भुल्यो। और सबसक्राइब करने तो बाद बैल आइकन नू जरूर प्रेस कर देना नोटिफिकेशन लिए ताकि तुहानू नोटिफिकेशन जिहड़े नाल दे नाल रिसीव होंदे रहन और तुसी सीखते रहो। और वीडियो तो कुछ अच्छा सीखने नू मिलिया वीडियो नू लाइक कमेंट और शेयर जरूर कर देना ताकि होर भी जिहड़े स्टूडेंट्स है सीख सकन। सो इदा की होर वीडियोस लैके आते रहेंगे। और तुसी अपने कमेंट बॉक्स के जो भी तुसी चाहते हो भी इस गाने या गज़ल कवाली का ट्यूटोरियल तुहानू चाहिए तुसी कमेंट बॉक्स से कमेंट करके दस सकते हो। विद इन वन वीक कोशिश रहेगी पूरा कि अपलोड कर दिए। सो नैक्सट वीडियो के नाल मिलते हैं जी। आप थैंक यू सो मच।